वाहगुरु जी का खालसा वाहगुरु जी की फतेह। ए वे पिंड रतग अज विसाखी है ते हर साल की तरह तुहानू पता ही है बड़े धूमधाम के नाल विसाखी मनाने आ। अज विसाखी है 13 अप्रैल की आपके सामने शुरुआत है। कोई भांड्या की सेवा कर रहा है अपना दर्शन मेले करो ते झाड़ी जिथे आए ने सरवण करो। वाहेगुरु जी का खालसा वाहेगुरु जी की फतेह। इस नरवैर सिंह साडे प्रधान जी किसान यूनियन प्रधान भी सन अपना ओदा की गुरुद्वारा कमेटी के भी प्रधान ने इधर अपनिया लंगर भी छक रही ने संगत लंगर पानी प्रशादा पूरा चलता वा उधर अपना कथा वाचक कीर्तनी है उधर चलता वे प्रोग्राम कबीर झींदा रसक तो इधर वेखो सब्जियां सुब्जियां सब तैयार कम इधर वेखो आ ਸਾਡੇ ਪੱਕਦੇ ਨੇ ਪਿੰਡ ਰੱਥਕ ਮੁੰਦਰੀ ਬੋਰ ਸੇ ਅੰਦਰ ਕਰ ਅੰਦਰ ਕਰੋ ਲੰਬਰਦਾਰ ਜੀ ਸਾਡੇ ਦੀਵਾਨ ਹਾਲ ਜਿਹਦੇ ਵਿੱਚ ਅਸਾਂ ਅੱਜ ਪਹਿਲੀ ਵਾਰੀ ਵਿਸਾਖੀ ਮਨਾਈ ਹੈ ਅਤੇ ਸ਼ੁਭ ਮੁਹੂਰਤ ਹੋ ਗਿਆ ਨਾਲੇ ਇਹ ਨੇ ਸਾਡੇ ਗ੍ਰੰਥੀ ਸਾਹਿਬ ਜੀ ਬਾਬਾ ਜੀ ਬੜੀ ਸੇਵਾ ਕਰਦੇ ਨੇ ਮਾਲਕ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਨੇ ਸਮੁੱਚੇ ਸਾਧ ਸੰਗਤ ਨੂੰ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਦੀਆਂ ਅਲੱਗ ਅਲੱਗ ਵਧਾਈਆਂ। ਔਰ ਜਿਵੇਂ ਕਿ ਆਪਾਂ ਹਰ ਸਾਲ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਆਪਾਂ ਵੱਧ ਚੜ ਕੇ ਮਨਾਉਂਦੇ ਹਾਂ, ਮੇਰੀ ਜਿੱਥੋਂ ਤੱਕ ਵੀ ਆਵਾਜ਼ ਆ ਰਹੀ ਹੈ ਜਿਹੜਾ ਵੀ ਮਾਈ ਭਾਈ ਸੁਣ ਰਿਹਾ ਹੈ ਉਹ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰੋ। ਹੋਰ ਜਿਹੜੇ ਕੋਈ ਆਪਣੇ ਭੈਣ ਭਰਾਵਾਂ ਡੇਰਿਆਂ ਤੇ ਨੇ ਉਹਨਾਂ ਨੂੰ ਫੋਨ ਕਰੋ ਵੀ ਸੰਗਤਾਂ ਆਪਣਾ ਅੱਜ ਦੇ ਦਿਨ ਜ਼ਰੂਰੀ ਰੁਝੇਵੇਂ ਛੱਡ ਕੇ ਗੁਰੂ ਘਰ ਹਾਜ਼ਰੀ ਲਵਾਉਣ। ਹੁਣ ਤਕਰੀਬਨ 2 ਘੰਟਿਆਂ ਵਾਸਤੇ ਭਾਈ ਪਿਆਰਾ ਸਿੰਘ ਜੀ ਪਰਵਾਨਾ ਕਮਿਸ਼ਨਰ ਜਥਾ ਉਹ ਸੰਗਤਾਂ ਦੇ ਰੂਬਰੂ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਬੜਾ ਸੋਹਣਾ ਆਪਣਾ ਕਮੇਟੀ ਦੇ ਮੈਂਬਰਾਂ ਨੇ ਬੜੀ ਸੋਹਣੀ ਅਰੇਂਜਮੈਂਟ ਕੀਤੀ ਹੈ ਬੜਾ ਸੋਹਣਾ ਪ੍ਰੋਗਰਾਮ ਕੀਤਾ ਹੈ ਅਤੇ ਸਾਰੇ ਹੁੰਮ ਹਮਾ ਕੇ ਪਹੁੰਚੋ ਜਿੰਨੇ ਵੀਰ ਹੈਗੇ ਉਹ ਜਿੰਨੀਆਂ ਸੰਗਤਾਂ ਹੈਗੀਆਂ ਨੇ ਯਾਰ
ਇੱਥੇ ਪਹਿਲਾਂ ਅਸੀਂ ਪ੍ਰੋਗਰਾਮ ਕਰਵਾਉਂਦੇ ਹੁੰਦੇ ਸਾਂ ਅਤੇ ਹੁਣ ਆਪਾਂ ਉੱਥੇ ਨਵਾਂ ਇਹ ਬਣਾਇਆ ਹੈ, ਉੱਥੇ ਸ਼ੁਰੂਆਤ ਹੋਈ ਹੈ ਅਤੇ ਨਾਲੇ ਆਪਣੀ ਵਿਸਾਖੀ ਮਨਾਈ ਗਈ ਹੈ, ਨਾਲੇ ਸ਼ੁਭ ਮੁਹੂਰਤ ਹੋ ਗਿਆ, ਦੀਵਾਨ ਹਾਲ ਉੱਧਰ ਹੀ ਆਪਣਾ ਅਰੇਂਜਮੈਂਟ ਕਰ ਦਿੱਤੀ ਹੈ। ਵੇਖੋ ਸੰਗਤਾਂ ਨੇ ਜੋ ਵੀ ਦਾਨ ਪੁੰਨ ਸੇਵਾ ਕੀਤੀ ਹੈ ਅਤੇ ਇਸੇ ਤਰ੍ਹਾਂ ਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।